ਸਨਸਨੈਟੀ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਆਫ ਗ੍ਰੇਟਰ ਸਨਸਨੈਟੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੇ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਤੰਤੀ ਸਾਜਾਂ ਦੇ ਨਾਲ ਕੀਰਤਨ ਦਰਬਾਰ ਸਜਾਇਆ ਗਿਆ। ਸੰਗਤ ਨੇ ਰਸ ਭਿੰਨੇ ਕੀਰਤਨ ਦਾ ਬੇਹੱਦ ਆਨੰਦ ਮਾਣਿਆ। ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਪ੍ਰਕਾਸ਼ ਪੁਰਬ ਅਮੈਰੀਕਾ ਦੇ ਸੂਬੇ ਓਹਾਇਓ ਦੇ ਸਿਨਸਿਨੈਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੀ ਸਮੂਹ ਸਾਧ ਸੰਗਤ ਵੱਲੋਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸੰਬੰਧ ਦੇ ਵਿੱਚ 3 ਦਿਨਾਂ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ, ਜਿਸ ਦੇ ਵਿੱਚ ਕੈਲੀਫੋਰਨੀਆ ਤੋਂ ਆਏ ਭਾਈ ਮਨਵੀਰ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਜੀ ਦੇ ਜਥੇ ਨੇ ਗੁਰੂ ਸਾਹਿਬ ਦੇ ਵੇਲੇ ਤੇ ਤੰਤੀ ਸਾਜ ਰਬਾਬ ਅਤੇ ਦਿਲ ਰੁਬਾ ਨਾਲ ਸ਼ਬਦ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਅਖੀਰਲੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਰਸ ਪਿੰਨੇ ਕੀਰਤਨ ਦੇ ਵਿੱਚ ਇੰਨੀਆਂ ਲੀਨ ਹੋ ਗਈਆਂ ਕਿ ਭਾਈ ਮਨਵੀਰ ਸਿੰਘ ਜੀ ਇਹਨਾਂ ਸਾਜਾਂ ਦੇ ਨਾਲ 2 ਘੰਟੇ ਤੋਂ ਵੀ ਵੱਧ ਸਮੇਂ ਲਈ ਕੀਰਤਨ ਕਰਦੇ ਰਹੇ। ਇਹਨਾਂ ਸਮਾਗਮਾਂ ਦੇ ਦੌਰਾਨ ਇਹਨਾਂ ਸਾਜਾਂ ਦੀ ਸੰਗਤ, ਖਾਸ ਕਰਕੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿੱਚ ਜਥੇ ਨੇ ਇਹਨਾਂ ਸਾਜਾਂ ਦੀ ਮਹੱਤਤਾ, ਇਹਨਾਂ ਨੂੰ ਕਿਵੇਂ ਵਜਾਉਣਾ ਹੈ, ਉਸ ਬਾਰੇ ਜਾਣਕਾਰੀ ਦਿੱਤੀ। ਕੋਟ ਅਨ ਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਸਿਨਸਿਨਾਟੀ ਦੀ ਸੰਗਤ, ਓਹਾਇਓ ਦੀ ਸੰਗਤ ਦਾ, ਜਿਹਨਾਂ ਨੇ ਬੜਾ ਹੀ ਜਥੇ ਨੂੰ ਸਾਡੇ ਨੂੰ ਮਾਣ ਬਖਸ਼ਿਆ ਹੈ ਔਰ ਤੰਤੀ ਸਾਜਾਂ ਨਾਲ ਅਸੀਂ ਕੀਰਤਨ ਕੀਤਾ ਹੈ ਔਰ ਸੰਗਤ ਨੇ ਸਾਰਿਆਂ ਨੇ ਹੀ ਰਲ ਕੇ ਗਾਇਆ ਹੈ। ਬਹੁਤ ਸੰਗਤ ਪਿਆਰ ਵਾਲੀ ਔਰ ਸੁਰੀਲੀ ਸੰਗਤ ਹੈ, ਨਾਲ ਸਾਰਿਆਂ ਨੇ ਮਿਲ ਕੇ ਗਾਇਆ ਹੈ ਰਬਾਬ ਨਾਲ ਅਤੇ ਤੰਤੀ ਸੱਜ ਨਾਲ ਅਸੀਂ ਕੀਰਤਨ ਕੀਤਾ ਹੈ ਔਰ ਬੱਚਿਆਂ ਦੀ ਵਰਕਸ਼ਾਪ ਵੀ ਜਿਹੜੀ ਹੈ 2 ਦਿਨ ਅਸੀਂ ਲਗਾਈ ਹੈ ਔਰ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਸਾਰੀ ਸੰਗਤ ਦਾ ਹੀ ਔਰ ਬੜੇ ਹੀ ਪਿਆਰ ਨਾਲ ਸਾਰੀ ਸੰਗਤ ਨੇ ਕੀਰਤਨ ਸਰਵਣ ਕੀਤਾ ਹੈ। ਸੋ ਅੱਜ ਅਸੀਂ ਸਾਰਿਆਂ ਨੇ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਦੇ ਜਥੇ ਪਾਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਕੀਰਤਨ ਸਰਵਣ ਕੀਤਾ ਹੈ। ਸੋ ਭਾਈ ਸਾਹਿਬ ਸਿਨਸਿਨੈਟੀ ਦੀ ਸੰਗਤ ਦੀ ਬੇਨਤੀ ਤੇ ਕੈਲੀਫੋਰਨੀਆ ਤੇ ਇੱਥੇ ਆਪਣੇ ਜਥੇ ਸਮੇਤ ਆਏ ਨੇ। ਸੋ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਅੱਛੇ ਤਰੀਕੇ ਨਾਲ ਤੰਤੀ ਸਾਜਾਂ ਨਾਲ ਸਾਡੇ ਸਾਨੂੰ ਕੀਰਤਨ ਸੁਣਾਇਆ ਹੈ ਤੇ ਤੰਤੀ ਸਾਜਾਂ ਬਾਰੇ ਬੜੀ ਵਧੀਆ ਜਾਣਕਾਰੀ ਵੀ ਦਿੱਤੀ ਹੈ। ਸੋ ਇਹਨਾਂ ਦਾ ਧੰਨਵਾਦ ਹੈ। ਸਮਾਗਮਾਂ ਦੇ ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ 5 ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵੀ ਸਜਾਏ ਗਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਿਆਂ ਕਈ ਰਿਹਾਇਸ਼ੀ ਆਬਾਦੀਆਂ ਦੇ ਵਿੱਚੋਂ ਦੀ ਲੰਘਿਆ। ਰਸਤੇ ਦੇ ਵਿੱਚ ਇਹਨਾਂ ਆਬਾਦੀਆਂ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਵੱਲੋਂ ਗਰਮ ਦੁੱਧ, ਪਾਣੀ, ਫਲਾਂ ਆਦਿ ਤੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਕਰ ਰਹੇ ਹਾਂ ਦਰਸ਼ਨ ਨਗਰ ਕੀਰਤਨ ਦੇ ਸਿਨਸਿਨਾਟੀ ਓਹਾਇਓ ਵਿਖੇ। ਸਾਡਾ ਜਥਾ ਮੇਰੇ ਨਾਲ ਗੁਰਚਰਨ ਸਿੰਘ ਜੀ ਅਤੇ ਗੁਰਵਿੰਦਰ ਸਿੰਘ ਜੀ, ਅਸੀਂ ਤੰਤੀ ਸਾਜਾਂ ਨਾਲ ਇੱਥੇ ਸਾਨੂੰ ਬੁਲਾਇਆ ਗਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਕਰਕੇ। ਤੇ ਅਸੀਂ ਜਿਹੜੇ ਸਾਜ ਨੇ ਗੁਰੂ ਘਰ ਦੇ, ਰਬਾਬ, ਦਿਲ ਰੁਬਾ
ਉਸ ਨਾਲ ਅਸੀਂ ਕੀਰਤਨ ਕਰ ਰਹੇ ਹਾਂ। ਪਹਿਲੀ ਵਾਰੀ ਇੱਥੇ ਕੀਰਤਨ ਹੋਇਆ ਤੰਤੀ ਸਾਜਾਂ ਨਾਲ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਸਭ ਸੰਗਤਾਂ ਨੂੰ ਮੁਬਾਰਕਾਂ। ਇਸ ਸਾਡੇ ਨੇਬਰਹੁੱਡ ਚੋਂ ਕੀਰਤਨ ਗੁਜ਼ਰ ਰਿਹਾ ਵਾ ਤੇ ਸਾਨੂੰ ਬਹੁਤ ਖੁਸ਼ੀ ਹੈ। ਲਗਾਤਾਰ ਤੀਸਰਾ ਸਾਲ ਆ ਤੇ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਵਾ ਕਮੇਟੀ ਵੱਲੋਂ ਤੇ ਪ੍ਰਬੰਧਕ ਵੀਰਾਂ ਵੱਲੋਂ। ਸਾਨੂੰ ਬਹੁਤ ਖੁਸ਼ੀ ਆ ਕਿ ਹਰ ਸਾਲ ਗੁਰਪੁਰਬ ਇੱਥੋਂ ਦੀ ਲੰਘਦਾ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਏ ਗੁਰਪੁਰਬ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਆ, ਨਗਰ ਕੀਰਤਨ ਗੁਰਦੁਆਰਾ ਸਿੰਸਨਾਟੀ ਤੋਂ ਚੱਲ ਕੇ ਲੋਕਾਂ ਦੇ ਵਿੱਚੋਂ ਦੀ ਲੰਘ ਰਿਹਾ, ਸੰਗਤ ਵਿੱਚੋਂ ਦੀ ਸੰਗਤਾਂ ਦੇ ਘਰ ਅੱਗੇ ਜਿਸ ਵਿੱਚ ਜਾ ਰਿਹਾ। ਸੰਗਤਾਂ ਬਹੁਤ ਖੁਸ਼ ਹਨ ਉਹਨਾਂ ਸਾਰਿਆਂ ਵੱਲੋਂ ਤੇ ਸਾਡੀ ਸੰਗਤ ਵੱਲੋਂ। My name is Anthony and I live in the neighborhood of Villages of Providence. I have Sikh neighbors and we love the culture and watching the parade and all the people passing by. All of the people have been very friendly to us and very welcoming and we really appreciate their love and friendship. ਸਰਦੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿਨਸਿਨੈਟੀ ਦੇ ਨਾਲ ਲੱਗਦੇ ਸ਼ਹਿਰ ਡੈਟਨ ਅਤੇ ਕੈਂਟਕੀ ਸੂਬੇ ਤੋਂ ਵੀ ਸੰਗਤਾਂ ਇਸ ਵਿੱਚ ਸ਼ਾਮਿਲ ਹੋਈਆਂ। ਇਸ ਦੇ ਦੌਰਾਨ ਤਿੰਨੋਂ ਦਿਨ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਨੇ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਲਈ ਸੇਵਾਦਾਰਾਂ, ਸੰਗਤ ਅਤੇ ਨਗਰ ਕੀਰਤਨ ਦੇ ਦੌਰਾਨ ਆਪਣੀਆਂ ਸੇਵਾਵਾਂ ਦੇਣ ਦੇ ਲਈ ਵੈਸਟਚੈਸਟਰ ਪੁਲਿਸ ਦਾ ਧੰਨਵਾਦ ਕੀਤਾ। ਅਮਿਤ ਮਾੜਾ ਚੜ੍ਹਦਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ ਨਿਭਰਿਆ। ਸਿਨਸਿਨੈਟੀ ਤੋਂ ਸਮੀਪ ਸਿੰਘ ਗੁਮਟਾਲਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।